ਗਰਮੀ ਦਾ ਮੌਸਮ ਹੈ ਅਤੇ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਗਰਮੀ ਦੇ ਮੌਸਮ ਦੇ ਵਿੱਚੋਂ ਸਾਡੇ ਜਿਹੜੀ ਸਮੈਲ ਆ ਬੋਡੀ ਦੇ ਵਿੱਚੋਂ ਆਉਣੀ ਸ਼ੁਰੂ ਹੋ ਜਾਂਦੀ ਹੈ। ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਿਹੜੀਆਂ ਸਾਡੀਆਂ ਕੱਛਾਂ ਨੇ ਉਹ ਕਾਲੀਆਂ ਹੋ ਜਾਂਦੀਆਂ ਨੇ, ਕਿਉਂਕਿ ਵਾਲਾਂ ਨੂੰ ਸਾਫ਼ ਕਰਨ ਲਈ ਸ਼ੇਵ ਕਰਨਾ ਜਾਂ ਹੇਅਰ ਰਿਮੂਵਲ ਕਰੀਮ ਜਾਂ ਕਠੋਰ ਕੈਮੀਕਲ ਵਾਲੇ ਸਾਬਣ ਦੀ ਵਰਤੋਂ ਕਰਨਾ, ਅਲਕੋਹਲ ਆਧਾਰਿਤ ਡੀਓਰੈਂਟਸ ਦੀ ਵਰਤੋਂ, ਸਫਾਈ ਦਾ ਧਿਆਨ ਨਾ ਰੱਖਣ ਕਾਰਨ ਡੈੱਡ ਸਕਿਨ ਦਾ ਜਮ੍ਹਾਂ ਹੋਣਾ ਆਦਿ ਕਈ ਕਾਰਨ ਜਿਨ੍ਹਾਂ ਕਾਰਨ ਕੱਛ ਦੀ ਚਮੜੀ ਕਾਲੀ ਦਿਖਾਈ ਦੇਣ ਲੱਗਦੀ ਹੈ। ਕਾਲੀ ਕੱਛ ਦੀ ਚਮੜੀ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਮਹਿੰਗੇ ਉਤਪਾਦ ਜਾਂ ਇਲਾਜ ਕਰਵਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਤੁਹਾਡੀ ਰਸੋਈ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਕਾਲੀ ਕੱਛ ਦੀ ਚਮੜੀ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਵੀਡੀਓ ਦੇ ਜ਼ਰੀਏ। ਕੱਛ ਦੀ ਚਮੜੀ ਦੇ ਕਾਲੇਪਨ ਨੂੰ ਘੱਟ ਕਰਨ ਲਈ ਇੱਕ ਚਮਚ ਚੰਦਨ ਦਾ ਪਾਊਡਰ ਦੇ ਵਿੱਚ 2 ਚੁਟਕੀ ਹਲਦੀ ਮਿਲਾ ਲਓ। ਹੁਣ ਇਸ ਵਿੱਚ ਗੁਲਾਬ ਜਲ ਮਿਲਾ ਕੇ ਪੇਸਟ ਬਣਾਓ ਅਤੇ ਇਸ ਨੂੰ ਲਗਾਓ ਅਤੇ 15 ਮਿੰਟ ਲਈ ਰੱਖੋ ਅਤੇ ਫਿਰ ਸਾਫ਼ ਕਰ ਲਓ ਅਤੇ ਇਸ ਦੇ ਨਾਲ ਜਿਹੜਾ ਕਿ ਕਾਲਾਪਨ ਉਹ ਦੂਰ ਹੋ ਜਾਵੇਗਾ। ਅਤੇ ਜੇਕਰ ਅਸੀਂ ਦੂਸਰੇ ਨੁਸਖੇ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਵਿੱਚ ਬੇਕਿੰਗ ਸੋਡਾ ਜ਼ਿਆਦਾਤਰ ਘਰਾਂ ਦੀ ਰਸੋਈ ਦੇ ਵਿੱਚ ਆਸਾਨੀ ਨਾਲ ਮਿਲ ਜਾਂਦਾ। ਕੱਛਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਬੇਕਿੰਗ ਸੋਡੇ ਦੇ ਵਿੱਚ ਪਾਣੀ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਇਸ ਨੂੰ ਚਮੜੀ ਤੇ ਲਗਾਓ ਤੇ ਹਲਕੇ ਹੱਥਾਂ ਨਾਲ ਇਸ ਨੂੰ ਰਗੜੋ। ਇਸ ਦੇ ਨਾਲ ਚਮੜੀ ਦੇ ਮਰੇ ਹੋਏ ਸੈੱਲ ਦੂਰ ਹੋ ਜਾਣਗੇ ਤੇ ਹੌਲੀ ਹੌਲੀ ਚਮੜੀ ਦਾ ਕਾਲਾਪਨ ਘੱਟ ਹੋਣਾ ਸ਼ੁਰੂ ਹੋ ਜਾਵੇਗਾ। ਤੇ ਜੇਕਰ ਤੀਸਰੇ ਨੁਸਖੇ ਦੀ ਗੱਲ ਕੀਤੀ ਜਾਵੇ ਤਾਂ ਉਹ ਨੁਸਖਾ ਹੈ ਕਿ ਨਿੰਬੂ ਕੱਛਾਂ ਦੀ ਚਮੜੀ ਨੂੰ ਸਾਫ਼ ਕਰਨ ਅਤੇ ਹਨੇਰੇ ਨੂੰ ਦੂਰ ਕਰਨ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ, ਕਿਉਂਕਿ ਇਸ ਦੇ ਵਿੱਚ ਕੁਦਰਤੀ ਬਲੀਚਿੰਗ ਏਜੰਟ ਹੁੰਦੇ ਨੇ। ਇਸ ਲਈ ਤੁਹਾਨੂੰ ਨਿੰਬੂ ਨੂੰ ਵਿਚਕਾਰੋਂ ਕੱਟਣਾ ਅਤੇ ਕੁਝ ਮਿੰਟਾਂ ਲਈ ਇਸ ਨੂੰ ਆਪਣੀਆਂ ਕੱਛਾਂ 'ਤੇ ਮਸਾਜ ਕਰਨਾ ਅਤੇ ਫਿਰ ਸ਼ਾਵਰ ਲੈਣਾ। ਨਿੰਬੂ ਲਗਾਉਣ ਤੋਂ ਬਾਅਦ ਮੌਇਸਚਰਾਈਜ਼ਰ ਲਗਾਉਣਾ ਨਾ ਭੁੱਲੋ, ਕਿਉਂਕਿ ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ। ਕਾਲੀਆਂ ਕੱਛਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਵਿਟਾਮਿਨ ਈ ਕੈਪਸੂਲ ਮਿਲਾ ਕੇ ਆਪਣੀ ਚਮੜੀ 'ਤੇ ਲਗਾ ਸਕਦੇ ਹੋ। ਵਿਟਾਮਿਨ ਈ ਚਮੜੀ ਨੂੰ ਹਲਕਾ ਕਰਨ ਦੇ ਵਿੱਚ ਮਦਦ ਕਰਦਾ ਹੈ ਅਤੇ ਨਾਰੀਅਲ ਤੇਲ ਚਮੜੀ ਨੂੰ ਪੋਸ਼ਣ ਦਿੰਦਾ ਹੈ। ਇਸ ਮਿਸ਼ਰਣ ਨੂੰ ਨਜ਼ਾਰਨਾ ਨਹਾਉਣ ਤੋਂ 1 ਘੰਟਾ ਪਹਿਲਾਂ ਲਗਾਓ ਅਤੇ ਫਿਰ ਕੋਸੇ ਪਾਣੀ ਨਾਲ ਸਾਫ਼ ਕਰੋ। ਇਹ ਉਪਾਅ ਚਮੜੀ ਦੇ ਕਾਲੇਪਨ ਨੂੰ ਕੁਦਰਤੀ ਤੌਰ 'ਤੇ ਦੂਰ ਕਰਦੇ ਨੇ, ਇਸ ਲਈ ਕੁਝ ਸਮਾਂ ਲੱਗ ਸਕਦਾ। ਚੰਗੇ ਨਤੀਜਿਆਂ ਲਈ ਇਹਨਾਂ ਵਿੱਚੋਂ ਕਿਸੇ ਇੱਕ ਚੀਜ਼ ਨੂੰ ਨਿਯਮਤ ਤੌਰ 'ਤੇ ਆਪਣੀ ਚਮੜੀ ਦੀ ਦੇਖਭਾਲ ਦੇ ਵਿੱਚ ਸ਼ਾਮਿਲ ਕਰੋ। ਹਾਲਾਂਕਿ ਕੁਦਰਤੀ ਚੀਜ਼ਾਂ ਦੇ ਮਾੜੇ ਪ੍ਰਭਾਵ ਨਹੀਂ ਹੁੰਦੇ, ਪਰ ਜੇਕਰ ਤੁਹਾਨੂੰ ਚਮੜੀ ਸੰਵੇਦਨਸ਼ੀਲ ਹੈ ਤਾਂ ਕੋਈ ਉਪਾਅ ਲਾਗੂ ਕਰਨ ਤੋਂ ਪਹਿਲਾਂ ਪੇਚ ਟੈਸਟ ਜ਼ਰੂਰ ਕੀਤਾ ਜਾਵੇ। ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ।